हैरान परेशान करन वालियां तस्वीरां सामने आईयां ने बठिंडा तो जिथे एक औरत इंसाफ दी मांग नूं लैके अपने दो छोटे छोटे मासूम बच्चियां दे नाल तपदी गर्मी दे विच एसएसपी दफ्तर दे बाहर बैठी विखाई दे रही है। मामला है पति दे वल्लों तंग परेशान करन दा। आखिर क्यों ए औरत अपने ही पति तो परेशान है, तुहानूं सुनाउने आ औरत दी जुबानी। ਕੀ ਮਸਲਾ ਹੈ ਦੱਸੋ ਮੜਿਆ। ਸਰ ਮੇਰੀ ਹਸਬੈਂਡ ਜੀ ਤੇ ਅਮਨ ਕੌਰ ਡੀਐਸਪੀ ਉੱਚੋ ਦੀ ਮੁਲਾਜ਼ਮ ਹੈਗੀ ਆ, ਉਹਦੇ ਨਾਲ ਮੇਰਾ ਹਸਬੈਂਡ ਰਹਿ ਰਿਹਾ ਹੈਗਾ ਬਲਵਿੰਦਰ ਸਿੰਘ ਜੀ। ਮੈਂ ਜਿੱਥੇ ਵੀ ਜਾਂਦੀ ਹਾਂ ਮੇਰੀ ਸੁਣਵਾਈ ਨਹੀਂ ਕਰ ਰਹੇ ਬਿਲਕੁਲ ਵੀ। ਕਹਿੰਦੇ ਜੀ ਕੋਰਟ ਦਾ ਆਰਡਰ ਹੈ, ਕੋਰਟ ਦਾ ਅਲਾਊਡ ਹੈਗਾ ਜੀ। ਕਿਵੇਂ ਕੋਰਟ ਦਾ ਅਲਾਊਡ ਹੈਗਾ? ਕਿੱਥੇ ਕੋਰਟ ਦਾ ਪਿੱਛਾ ਘਰੋਂ ਬਾਹਰ ਕੱਢਦੇ ਬੱਚਿਆਂ ਤੋਂ? ਮੈਂ 3 ਮਹੀਨੇ ਹੋ ਗਏ ਮੈਂ ਦਸਵੀਂ ਕੋਲ ਜਾਂਦੇ ਹੋਏ, ਅੱਜ ਤੱਕ ਤੱਕ ਵੀ ਜਾ ਰਹੀ ਹਾਂ ਪਰ ਕੋਈ ਵੀ ਮੇਰੀ ਸੁਣਵਾਈ ਨਹੀਂ ਕਰ ਰਿਹਾ ਹੈਗਾ। ਕਿਉਂ ਨਹੀਂ ਕਰ ਰਹੇਗੇ? ਉਹ ਲੜਕੀ ਦਾ ਖੁਦ ਕੋਰਟ ਕੇਸ ਚੱਲ ਰਿਹਾ ਹੈਗਾ ਗਾ। ਮੇਰਾ ਘਰ ਪੱਟ ਰੱਖਿਆ, ਮੇਰੇ ਘਰ ਜੇ ਕਬਜ਼ਾ ਤੈਅ ਕਰ ਰੱਖਿਆ ਉਹਨੇ। ਜਦੋਂ ਮੈਂ ਉਹਨਾਂ ਨੂੰ ਇਕੱਠਿਆਂ ਦੇਖਿਆਗਾ, ਉਹਨੇ ਅਮਨ ਕੌਰ ਨੇ ਜੀ ਚੁੰਨੀ ਨਾਲ ਮੈਨੂੰ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਇਹ ਗੱਲ ਉਹਨਾਂ ਨੂੰ ਕਹੀ, ਸਰ ਵੀ ਅਜੇ ਲਾਅ ਹੋਏਗਾ ਤਾਂ ਇਹਨਾਂ ਮਤਲਬ ਇਹ ਥੋੜ੍ਹੀ ਆ ਮਾਰਨਗੇ ਮੇਰੇ ਬੱਚਿਆਂ ਸਮੇਤ ਮੈਨੂੰ। ਕੱਲ੍ਹ ਵੀ ਮੇਰਾ ਪਿੱਛਾ ਕਰ ਦੀ ਸੀ ਗੱਡੀ। ਤੁਹਾਡੇ ਹਸਬੰਡ ਦਾ ਨਾਮ ਕੀ ਹੈ? ਸੋਨੂੰ ਹੈ ਜੀ, ਬਲਵਿੰਦਰ ਸਿੰਘ ਸੋਨੂੰ ਦਾ ਨਾਮ। ਰਹਿਣ ਵਾਲੇ ਅਸੀਂ ਮਾਬਾ ਜੀਵਨ ਸਿੰਘ ਬੀਰਤਲਾ ਰੋਡ ਤੇ ਰਹਿਣ ਵਾਲੇ ਆ, 6 ਨੰਬਰ ਬਸਤੀ ਚੋਂ। ਮੇਰੇ ਜੀ ਕੋਈ ਵੀ ਸੁਣਵਾਈ ਨਹੀਂ ਕਰੇਗਾ। ਤੁਸੀਂ ਕਿਸੇ ਅਧਿਕਾਰੀ ਨੂੰ ਮਿਲੇ ਹੋ? ਹਾਂਜੀ, ਮੈਂ ਆਈਜੀ ਸਾਹਿਬ ਨੂੰ ਮਿਲੀ ਹਾਂ, ਡਿਪਟੀ ਕਮਿਸ਼ਨਰ ਨੂੰ ਮਿਲੀ ਹਾਂ ਜੀ, ਐਸਐਸਪੀ ਮੈਮ ਨੂੰ ਮਿਲੀ ਹਾਂ, ਫਿਰ ਉਸ ਬਾਅਦ ਐਸਪੀ ਸਾਰਾ ਆਏ ਨੇ, ਇਹਨਾਂ ਨੂੰ ਵੀ ਮਿਲੀ ਹੈਗੀਆਂ, ਅਤੇ ਸੀਐਮ ਭਗਵੰਤ ਮਾਨ ਤੱਕ ਵੀ, ਪੀਏ ਤੱਕ ਵੀ ਜਾ ਕੇ ਆਈ ਹਾਂ, ਮਨੀਸ਼ਾ ਗਲੈਟੀ ਮੈਮ ਸਾਰੇ ਪਾਸੇ ਜਾਈ ਹਾਂ, ਕੋਈ ਵੀ ਮੇਰੀ ਸੁਣਵਾਈ ਨਹੀਂ ਕਰੇਗਾ। ਹੁਣ ਐਸਐਸਪੀ ਸਾਹਿਬ ਨੇ ਕਿਹਾ ਸੀ ਅਮਨ ਕੌਰ ਨੂੰ ਮੈਂ ਬੁਲਾਉਣਾ ਹੁਣੇ, ਅਤੇ ਤੁਸੀਂ ਉਹਨਾਂ ਤੁਹਾਨੂੰ ਉਹਨਾਂ ਦੇ ਅੱਗੇ ਉਹਨਾਂ ਨੂੰ ਬੁਲਾ ਕੇ ਗੱਲ ਕਰਵਾਉਣਾ ਹੈਗਾ। ਥੋੜ੍ਹੀ ਦੇਰ ਮੈਂ ਕਹਿੰਦੇ ਤੁਸੀਂ ਬਾਹਰ ਵੇਟ ਕਰੋ, ਵੀ 25 ਮਿੰਟਾਂ ਬਾਅਦ ਮੈਂ ਬੈਠੀ ਨਹੀਂ ਹਾਂ, ਵੇਟ ਕਰਦੀ ਨਹੀਂ ਹਾਂ, ਪਰ ਉਹਨਾਂ ਨੂੰ ਬੁਲਾਇਆ ਹੀ ਨਹੀਂ ਗਾ। ਮੁੜ ਕੇ ਕਹਿੰਦੇ ਤੁਹਾਡੀ ਗੱਲ ਦਾ ਕੋਈ ਸਲਿਊਸ਼ਨ ਹੀ ਨਹੀਂ ਹੈਗਾ ਗਾ। ਇਹ ਕੀ ਹੋਇਆ ਗਾ? ਕਹਿੰਦਾ ਮਤਲਬ ਉਹਨਾਂ ਨੇ ਫੋਨ ਕਰਾ ਤਾਂ ਮਿਲੀ ਭਗਤ ਹੋ ਗਈ ਇਹਨਾਂ ਦੀ ਸਾਰੀ। ਜੇ ਮੈਂ ਸਾਨੂੰ ਕਹਾਂਗਾ ਸਰ ਜੇ ਕੋਰਟ ਦੇ ਵਿੱਚ ਲਾਅ ਹੋਏਗਾ, ਇਹਦਾ ਮਤਲਬ ਇਹ ਥੋੜ੍ਹੀ ਮੈਨੂੰ ਘਰੋਂ ਬਾਹਰ ਕੱਢ ਦੇਣਗੇ। ਜੋ ਮੈਨੂੰ ਉਹਨੇ ਚੁੰਨੀ ਨਾਲ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਨਹੀਂ ਲਾਊਗਾ। ਕਹਿੰਦਾ ਤੁਸੀਂ ਸਾਡੇ ਪਰ ਮਰ ਜਾਓ ਜਾ ਕੇ, ਅਸੀਂ ਇਹਦੇ ਵਿੱਚ ਕੁਛ ਨਹੀਂ ਕਰ ਸਕਦੇ, ਅਸੀਂ ਫਿਰ ਉਹਨਾਂ ਦੇ ਪਰਚਾ ਦੇ ਦਾਂਗੇ। ਇਹ ਕਿੱਥੋਂ ਦਾ ਮੈਟਰ ਹੈਗਾ? ਆਹ ਦੇਖੋ ਮੈਂ ਬੱਚਿਆਂ ਨਾਲ ਕਦੋਂ ਦੀ 3 ਮਹੀਨਿਆਂ ਦੀ ਲਗਾਤਾਰ ਜੇ ਭੜਕ ਰਹੀ ਹਾਂ, ਮੈਨੂੰ ਘਰੋਂ ਬਾਹਰ ਕੱਢ ਰੱਖਿਆ ਹੈਗਾ। ਆਹ ਚਿੱਟੇ ਦੀ ਆਦੀ ਅਮਨ ਕੌਰ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਉਹਦਾ ਮੁਆਵਜ਼ਾ ਕਰਾਇਆ ਜਾਵੇ ਵੀ ਉਹ ਚਿੱਟਾ ਲਾਉਂਦੀ ਕਿ ਨਹੀਂ ਲਾਉਂਦੀ ਗੀ, ਉਹ ਲਾ ਕੇ ਜਿੱਥੇ ਵੀ ਮੈਂ ਜਾਂਦੀ ਹਾਂ, ਹੁਣ ਵੀ ਮੇਰਾ ਹਸਬੈਂਡ ਅੰਦਰ ਬੈਠਾ ਹੋਇਆ ਹੈਗਾ ਅਮਨ ਕੌਰ, ਜਿੱਥੇ ਵੀ ਮੈਂ ਜਾਂਦੀ ਹਾਂ ਉੱਥੇ ਮੇਰਾ ਪਿੱਛਾ ਕਰਨ। ਮੈਂ ਐਸਐਸਪੀ ਸਾਹਿਬ ਨੂੰ ਇਹ ਵੀ ਕਹਿ ਕੇ ਆਈ ਹਾਂ, ਸਰ ਮੇਰਾ ਨੰਬਰ ਲੋਕੇਸ਼ਨ 'ਤੇ ਲਾ ਰੱਖਿਆ ਅਮਨ ਕੌਰ ਨੇ, ਮੈਂ ਜਿੱਥੇ ਜਾਂਦੀ ਹਾਂ ਮੈਨੂੰ ਨਹੀਂ ਪਤਾ ਹੁੰਦਾ ਪਰ ਉਹਨੂੰ ਪਤਾ ਹੁੰਦਾ ਮੈਂ ਇੱਥੇ ਬੈਠੀ ਹਾਂ, ਉਦੋਂ ਹੀ ਮੇਰੇ ਪਿੱਛੇ ਆ ਜਾਂਦੀ ਹੈ ਨਾਲ ਦੀ ਨਾਲ। ਮੈਨੂੰ ਪੂਰੀ ਤਰ੍ਹਾਂ ਇਸ ਗੱਲ ਦੀ ਹੈ ਕਿ ਜਿੰਨਾ ਬੱਚਾ ਨਹੀਂ ਹੈ ਉਮਰ ਨੂੰ ਸਭ ਖੇਡਣ ਦੀ ਹੈ, ਉਹ ਤਾਂ ਆਪਣੀ ਗੱਲ ਕਰਦੇ ਨੇ ਆਪਸ ਵਿੱਚ। ਕੀ ਨਾਮ ਹੈ? ਪੰਜਾਬ ਪੁਲਿਸ ਤੋਂ ਇਨਸਾਫ ਦੀ ਉਡੀਕ ਕਰ ਰਹੇ ਨੇ, ਆਪਣੇ ਪਿਤਾ ਦੇ ਪਿਆਰ ਦੀ ਤਲਾਸ਼ ਕਰ ਰਹੇ ਨੇ, ਪਰ ਹੈਰਾਨੀ ਪੁਲਿਸ ਇਹ ਸਭ ਕੁਝ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ। ਪਰੰਤੂ ਹੁਣ ਵੇਖਣਾ ਹੈ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਦੇ ਵਿੱਚ ਕਾਰਵਾਈ ਕਦੋਂ ਕਰਦੇ ਨੇ। ਬਠਿੰਡਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।